ਵਿੱਚ ਵੱਡਾ ਹਾਦਸਾ ਵਾਪਰਿਆ। ਲੰਗਰ ਦੇ ਕੜਾਹੇ ਦੇ ਵਿੱਚ ਸੇਵਾਦਾਰ ਡਿੱਗ ਪਿਆ, ਪੈਰ ਤਿਲਕਣ ਦੇ ਕਾਰਨ ਕੜਾਹੇ ਦੇ ਵਿੱਚ ਸੇਵਾਦਾਰ ਜਾ ਡਿੱਗਿਆ। ਦਾਲ ਦੇ ਕੜਾਹੇ ਦੇ ਵਿੱਚ ਸੇਵਾਦਾਰ ਡਿੱਗਿਆ, 70% ਤੋਂ ਵੱਧ ਸਰੀਰ ਝੁਲਸਿਆ। ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਵਾਇਆ ਗਿਆ। ਬਲਬੀਰ ਸਿੰਘ ਧਾਲੀਵਾਲ ਦੇ ਵਜੋਂ ਜ਼ਖਮੀ ਦੀ ਪਛਾਣ ਹੋਈ ਹੈ। ਦਾਲ ਵਾਲੇ ਕੜਾਹੇ ਦੇ ਵਿੱਚ ਜਾ ਡਿੱਗਿਆ, ਪੈਰ ਫਿਸਲ ਗਿਆ, ਤਾਂ ਉਹ ਦਾਲ ਵਾਲੇ ਕੜਾਹੇ ਦੇ ਵਿੱਚ ਸੇਵਾਦਾਰ ਜਾ ਡਿੱਗਿਆ। ਵੱਡਾ ਹਾਦਸਾ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵਾਪਰਿਆ। ਸੇਵਾਦਾਰ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜੋ 70% ਤੋਂ ਵੱਧ ਝੁਲਸ ਚੁੱਕਿਆ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਤਾਂ ਸੇਵਾਦਾਰ ਇੱਥੇ ਸੇਵਾ ਕਰ ਰਿਹਾ ਸੀ, ਪੈਰ ਫਿਸਲ ਗਿਆ ਕਿ ਦਾਲ ਵਾਲੇ ਕੜਾਹੇ ਦੇ ਵਿੱਚ ਜਾ ਡਿੱਗ ਗਿਆ ਅਤੇ ਇਸਦਾ 70% ਸਰੀਰ ਝੁਲਸ ਗਿਆ। ਇੱਕ ਸੇਵਾਦਾਰ ਭਾਈ ਬਲਵੀਰ ਸਿੰਘ ਜਿਹੜਾ 5-7 ਸਾਲ ਤੋਂ ਲਗਾਤਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਦੇ ਵਿੱਚ ਸੇਵਾ ਨਿਭਾਉਂਦਾ ਔਰ ਵਲੰਟੀਅਰਲੀ ਤੌਰ ਦੇ ਉੱਤੇ ਆਪਣੀਆਂ ਸੇਵਾ ਕਰਦਾ, ਉਹ ਕਿਚਨ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਬਗੈਰ ਤਿਲਕਣ ਦੇ ਨਾਲ ਮੂਹਰੇ ਜਿਹੜਾ ਕੜਾਹਾ ਸੀ ਪਾਣੀ ਦਾ ਭਰਿਆ, ਜਿਹ 'ਚ ਆਲੂ ਉਬਾਲਦੇ ਆ, ਉਹਦੇ ਵਿੱਚ ਡਿੱਗਣ ਕਰਕੇ ਉਹਦੇ ਸਰੀਰ 'ਤੇ ਬਹੁਤ ਸਾਰੀ ਜਿਹੜੀਆਂ ਉਹ ਵਾਰਨ ਇੰਜਰੀਜ਼ ਆ ਗਈਆਂ। ਉਹ ਇੱਥੇ ਇਸ ਯੂਨੀਵਰਸਿਟੀ ਦੇ ਵਿੱਚ ਦਾਖਲ ਆ ਅਤੇ ਉਹ ਕਿਉਂਕਿ ਇੰਜਰੀਜ਼ ਜ਼ਿਆਦਾ ਆ, ਪਰ ਇਹ ਗੁਰੂ ਘਰ ਤੋਂ ਸਤਿਗੁਰੂ ਜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੈਡੀਕਲ ਟਰੱਸਟ ਅਤੇ ਮੈਡੀਕਲ ਯੂਨੀਵਰਸਿਟੀ ਜਿਹੜੀ ਚਲਾਈ ਆ, ਇੱਥੇ ਦੁਆ ਵੀ ਦਿੱਤੀ ਜਾਂਦੀ ਅਤੇ ਦੁਆ ਵੀ ਕੀਤੀ ਜਾਂਦੀ ਆ ਅਤੇ ਉਹਦੇ ਲਈ ਦਵਾਈਆਂ ਵੀ ਜਿਹੜੀਆਂ ਅੱਜ ਪ੍ਰੈਵਲੈਂਟ, ਅੱਜ ਜਿਹੜਾ ਅੱਜ ਦਾ ਸਮਾਂ ਇਹਦੇ ਮੁਤਾਬਕ ਜਿਹੜੀ ਬੈਸਟ ਟ੍ਰੀਟਮੈਂਟ ਆ ਉਹ ਵੀ ਇਹਨਾਂ ਨੇ ਸ਼ੁਰੂ ਕੀਤੀ ਆ।